ਕਿਸੇ ਦੇ ਘਰੋਂ ਪਾਣੀ ਭਰ ਕੇ ਲਿਆਓਗੇ, ਅੱਜ ਕੱਲ੍ਹ ਤੇ ਮੋਟਰਾਂ ਲੱਗੀਆਂ, ਪੁਰਾਣੇ ਵੇਲਿਆਂ ਵਿੱਚ ਨਲਕਾ ਖਰਾਬ ਹੋ ਜਾਂਦਾ ਸੀ, ਪਾਣੀ ਨਹੀਂ ਜੀ ਚੱਕਦਾ, ਨਲਕਾ ਖਰਾਬ ਹੋ ਗਿਆ, ਤੇ ਕਈ ਵਾਰੀ ਬੰਦਾ ਗੁਆਂਢ ਦੇ ਵਿੱਚੋਂ ਪਾਣੀ ਭਰਨ ਜਾਂਦਾ, ਅਗਲਾ ਇੱਕ ਦਿਨ ਜਾਏ, ਦੋ ਦਿਨ ਜਾਏ, ਚਾਰ ਦਿਨ ਜਾਏ, ਪੰਜ ਦਿਨ, ਹਫ਼ਤਾ ਜਾਏ, ਅੱਕ ਕੇ ਅਗਲਾ ਆਪਣੀ ਹੱਥੀ ਕੋਈ ਕੱਢ ਕੇ ਬਾਹਰ ਰੱਖ ਦਿੰਦੇ, ਕਹਿੰਦੇ ਜੀ ਸਾਡੇ ਵਾਲਾ ਵੀ ਖਰਾਬ ਹੋ ਗਿਆ, ਅੱਕ ਜਾਂਦੇ ਸੀ ਅਗਲੇ ਵੀ ਰੋਜ਼ ਹੀ ਪਾਣੀ ਭਰਨ ਆ ਜਾਂਦਾ, ਤੇਰੇ ਲਈ ਗੇਟ ਖੋਲਣਾ ਪੈਂਦਾ, ਤੇਰੇ ਲਈ ਕਿੰਨੀ ਮੁਸ਼ਕਲ ਹੈ, ਤੇ ਫਿਰ ਅੱਕ ਕੇ ਅਗਲਾ ਕਹਿੰਦਾ ਆਪਣੇ ਵਾਲਾ ਠੀਕ ਕਰਾਓ, ਰੋਜ਼ ਰੋਜ਼ ਕਿਸੇ ਦੇ ਘਰ ਥੋੜਾ ਪਾਣੀ ਭਰਨ ਤੁਰੇ ਰਹਾਂਗੇ, ਹੁਣ ਅਸੀਂ ਆਪਣੇ ਵਾਲਾ ਠੀਕ ਕਰਾਓ। ਟਰਾਲੀਆਂ ਤੇ ਲਿਖਿਆ ਹੁੰਦਾ ਸੀ ਨਾ, ਨਿੱਤ ਮੰਗਵੀ ਨੀ ਮਿਲਣੀ, ਆਪਣੀ ਬਣਾ ਲਾ ਮਿੱਤਰਾ, ਏਦਾਂ ਲਿਖਿਆ ਹੁੰਦਾ, ਮਤਲਬ ਤੂੰ ਮੰਗਦਾ ਫਿਰੇ ਟਰਾਲੀਆਂ, ਅਗਲਾ ਕਿੰਨੀ ਕੁ ਵਾਰੀ ਦਊਗਾ, ਟਰੈਕਟਰ ਮੰਗਣ ਤੁਰ ਪਓਗੇ ਕਿੰਨੀ ਕੁ ਵਾਰੀ, ਅਸੀਂ ਨਵੇਂ ਨਵੇਂ ਆਏ ਇੱਥੇ ਭਰਤ ਪੈਣੀ ਸੀ, ਤੇ ਸਾਡੇ ਵਾਲੇ ਕਹਿੰਦੇ ਜੀ ਭਰਤ ਪਾਉਣੀ ਹੈ ਤੇ ਕਰਾਹ ਚਾਹੀਦਾ, ਤੇ ਇੱਥੇ ਨੇੜੇ ਪਿੰਡ 'ਚ ਮੰਗਣ ਚਲੇ ਗਏ, ਹੁਣ ਨਵਾਂ ਨਵਾਂ ਮੈਂ ਆਇਆ ਸੀ ਤੇ ਟਰੈਕਟਰ ਮੁੰਡੇ ਗਏ, ਕਹਿੰਦੇ ਜੀ ਕਰਾਹ ਚਾਹੀਦਾ ਤੁਹਾਡਾ, ਬੀਬੀ ਨੂੰ ਜਵਾਬ ਦੇਣਾ ਸੀ, ਬਹਾਨਾ ਤੇ ਚਾਹੀਦਾ ਹੀ ਕੋਈ, ਕਹਿੰਦੀ ਉਹਦਾ ਦੇ ਤੇ ਦਿੰਦੇ, ਕੱਲ੍ਹ ਮੁੰਡਿਆਂ ਨੇ ਦੱਸਿਆ ਵੀ ਬੈਰਿੰਗ ਖਰਾਬ ਹੋ ਗਿਆ ਕਰਾਹ ਦਾ, ਬਹਾਨਾ ਤੇ ਬਣਾਉਣਾ ਹੀ ਅਗਲੇ ਨੇ ਕੋਈ ਨਾ ਕੋਈ ਕੁਛ ਕਿਵੇਂ ਨਾ ਕਿਵੇਂ, ਮਤਲਬ ਕਹਿਣ ਦਾ ਕਿ ਕਿੰਨਾ ਚਿਰ ਤੁਸੀਂ ਮੰਗ ਕੇ ਕਿੰਨਾ ਚਿਰ ਸਾਰੋਗੇ, ਕਿਸੇ ਕੋਲ ਡਿਪੈਂਡ ਕਿੰਨਾ ਚਿਰ ਰਹੋਗੇ, ਹੱਥ ਕਿੰਨਾ ਚਿਰ ਅੱਡੋਗੇ। ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਕਿ ਗੁਰਬਾਣੀ ਦਾ ਗਿਆਨ, ਬਾਹਰੋਂ ਨੌਲੇਜ, ਜਰਨਲ ਨੌਲੇਜ ਲੈਣੀ, ਉਸ ਤੋਂ ਬਾਅਦ ਆਪਣੀ ਕੋਮਨ ਸੈਂਸ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਿਹੜਾ ਹਰੇਕ ਕੋਲ ਆਪਣੀਆਂ ਮੁਸ਼ਕਲਾਂ ਦੇ ਹੱਲ, ਡਿਸੀਜਨ ਲੈਣ ਵਾਲਾ ਮਾਈਂਡ, ਸਿਚੁਏਸ਼ਨ ਦੇ ਵਿੱਚ ਜਿਹੜੀ ਵੀ ਜ਼ਿੰਦਗੀ ਚ ਆ ਗਈ ਉੱਥੇ ਹੱਲ ਕਰਨ ਵਾਲਾ ਮਾਈਂਡ। ਪਤਾ ਨਹੀਂ ਹੁਣ ਅੱਜ ਇੱਥੋਂ ਨਿਕਲੋਗੇ ਯਾਰ, ਕੱਲ੍ਹ ਤੁਸੀਂ ਪਾਸਪੋਰਟ ਦਫ਼ਤਰ ਚਲੇ ਗਏ, ਹੋ ਸਕਦਾ ਅੱਗੇ ਕਿਲੋਮੀਟਰ ਲੰਮੀ ਲਾਈਨ ਲੱਗੀ ਹੋਵੇ, ਕਿਤੇ ਏਅਰਪੋਰਟ ਤੇ ਜਾਓ ਕਿਲੋ ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ ਹੋਣ, ਸਵੇਰੇ ਕੈਨੇਡਾ ਦਾ ਵੀਜ਼ਾ ਲੈਣ ਤੁਰ ਜਾਓ ਉੱਥੇ ਕਿਲੋ ਕਿਲੋਮੀਟਰ ਲੰਮੀਆਂ ਅੱਜ ਕੱਲ੍ਹ ਲਾਈਨਾਂ ਲੱਗੀਆਂ ਮਿਲਦੀਆਂ, ਕਦੇ ਵੀ ਇਦਾਂ ਦੀ ਮੁਸ਼ਕਲ ਆ। ਜਿਹੜਾ ਹੁਣ ਬੰਦਾ ਕਾਲਾ ਪੈਣ ਵਾਲਾ, ਜਿਹੜਾ ਸਹਿਜ ਨਹੀਂ ਹੁੰਦਾ, ਜਿਹਦੇ 'ਚ ਟਕਾਅ ਨਹੀਂ ਹੁੰਦਾ, ਉਹ ਬੰਦਾ ਤੇ ਭੜਕ ਜਾਂਦਾ। ਇੱਥੇ ਦੀਵਾਨ ਦੀ ਸਮਾਪਤੀ ਕਰਕੇ ਲੰਘੋਗੇ, ਫਾਟਕ ਲੱਗਿਆ ਪਿਆ ਹੋਵੇ, ਇੱਕ ਗੱਡੀ ਲੰਘੀ, ਫਿਰ ਅੱਧੇ, ਫਿਰ ਦੂਜੀ ਲੰਘੀ, ਫਿਰ ਤੀਜੀ ਲੰਘੀ, ਖੁੱਲ੍ਹੇ ਹੀ ਨਾ ਡੇਢ ਘੰਟਾ। ਤੇ ਜਿਹੜੇ ਬੰਦਿਆਂ 'ਚ ਸਹਿਜ ਨਹੀਂ ਹੁੰਦਾ, ਉਹ ਕਾਲੇ ਪੈ ਜਾਂਦੇ, ਭੜਕ ਜਾਂਦੇ, ਜਿਨ੍ਹਾਂ ਦੇ ਅੰਦਰੋਂ ਉਸ ਵੇਲੇ ਇੱਕ ਮੈਸੇਜ ਨਹੀਂ ਆਉਂਦਾ, ਟਿਕ ਜਾ ਯਾਰ ਕੀ ਹੋ ਚੱਲਿਆ, ਘੰਟਾ ਲੇਟ ਸੌ ਜਾ, ਖੜ ਜਾ, ਸਹਿਜ ਅੰਦਰੋਂ ਮੈਸੇਜ ਆਉਣਾ, ਇਹ ਤੁਹਾਡਾ, ਇਹ ਤੇਰਾ ਖੂਹ ਹੈ, ਇਹ ਤੇਰਾ ਨਾਲਾ ਜਿਹੜਾ ਚੱਲਣਾ ਚਾਹੀਦਾ। ਜ਼ਿੰਦਗੀ ਦੇ ਫੈਸਲੇ ਕਿੱਦਾਂ ਲੈਣੇ ਆ, ਅੰਦਰੋਂ ਇਸ਼ਾਰਾ ਆਉਣਾ ਚਾਹੀਦਾ। ਤੈਨੂੰ ਬਾਹਰੋਂ ਕਿਤੇ ਨਹੀਂ ਡਿਪੈਂਡ, ਗੁਰਬਾਣੀ ਨਹੀਂ ਕਰਦੀ ਆਪਣੇ ਆਪ ਉੱਤੇ ਵੀ ਮੇਰੇ ਤੇ ਡਿਪੈਂਡ ਹੋ ਜਾ, ਗੁਰੂ ਸਾਹਿਬ ਕਦੇ ਡਿਪੈਂਡ ਨਹੀਂ ਕਰਨਗੇ ਤੁਹਾਨੂੰ, ਉਹ ਕਹਿਣਗੇ ਆਪ ਫੈਸਲਿਆਂ ਨੂੰ ਵੇਖ ਲੈ, ਸਮਝ ਲੈ ਤੇ ਆਪਣਾ ਖੂਹ ਚਲਾ ਲੈ। ਬਾਹਰੋਂ ਦੋ ਚਾਰ ਬਾਲਟੀਆਂ ਪਾਣੀ ਦੀਆਂ ਭਰ ਕੇ ਲਿਆਓ, ਨਲਕੇ 'ਚ ਪਾਓ ਤੇ ਆਪਣੇ ਵਾਲਾ ਚਲਾਓ, ਤੁਹਾਨੂੰ ਚਲਾਉਣਾ ਪੈਣਾ, ਕਿਸੇ ਤੇ ਡਿਪੈਂਡ ਨਹੀਂ। ਜਿਨ੍ਹਾਂ ਨੇ ਆਪਣੇ ਆਪਣੇ ਚਲਾਏ ਉਹਨਾਂ ਤੋਂ ਸੇਧ ਲੈ ਕੇ ਆਪਣਾ ਚਲਾ। ਤਾਂ ਕਰਕੇ ਕੋਸ਼ਿਸ਼ ਇਹ ਕਰਨੀ ਹੈ ਬਈ ਡਿਪੈਂਡ ਨਹੀਂ ਕਿਸੇ ਤੇ ਹੋਣਾ। ਤੇ ਜਦੋਂ ਤੁਸੀਂ ਉਹ ਖਜ਼ਾਨਾ ਖੋਲੋਗੇ, ਸ਼ਬਦ ਆਪਾਂ ਕਿੰਨੀ ਵਾਰੀ ਪੜ੍ਹਦੇ ਹਾਂ, ਹਮ ਧਨਵੰਤ ਭਾਗਠ ਸੱਚ ਨਾਏ, ਮੈਂ ਕਾਹਦਾ ਅਮੀਰ ਹੋਇਆ, ਪੈਸਾ ਮੇਰੇ ਕੋਲ ਬਥੇਰਾ ਹੈ। ਜਿੱਦਣ ਘਰ ਵਾਲੀ ਨਾਲ ਲੜਾਈ ਪੈ ਗਈ, ਮੈਂ ਹੁਣ ਕਹਿੰਦਾ ਵੀ ਕੋਈ ਦੱਸੇ ਵੀ ਕਿਵੇਂ ਹੈਂਡਲ ਕਰੀਏ, ਲੈ ਕਰ ਲਓ ਗੱਲ, ਮੇਰਾ ਪੈਸਾ ਅੱਗ ਲਾਉਣਾ, ਮਤਲਬ ਮੁਸ਼ਕਲ ਦੇ ਵਿੱਚ ਮੈਂ ਹੁਣ ਮੇਰੀ ਜੇਬ ਦੇ ਵਿੱਚ ਲੱਖ ਡਾਲਰ, ਮੈਂ ਉੱਪਰਲੀ ਜੇਬ 'ਚ ਪਾਈ ਫਿਰਦਾ ਲੱਖ ਡਾਲਰ, ਮੈਂ ਪਿੰਟ ਵਾਲੀ ਜੇਬ 'ਚ ਪਾਈ ਫਿਰਦਾ ਲੱਖ ਡਾਲਰ, ਮੈਂ ਪਰਸ ਵਾਲੀ ਪਰਸ 'ਚ ਪਾਇਆ ਲੱਖ, ਘਰ ਵਾਲੀ ਦੀ ਜੇਬ 'ਚ ਖੜੇ ਹਾਂ ਅਸੀਂ ਫਾਟਕ ਦੇ ਉੱਤੇ,
ਡੇਢ ਘੰਟਾ ਉੱਥੇ ਲੱਗ ਗਿਆ, ਉੱਥੇ ਮੈਂ ਭੜਕਿਆ ਫਿਰਦਾ, ਉੱਥੇ ਤੇਰਾ ਡੇਢ ਲੱਖ ਕੀ ਕਰੇ? ਸ਼ਾਂਤੀ ਤੇ ਗਈ, ਦੁਖੀ ਤੇ ਹੋ ਗਿਆ, ਉੱਥੇ ਡੇਢ ਲੱਖ ਨੂੰ ਕੀ ਕਰੋਗੇ ਤੁਸੀਂ? ਡੇਢ ਲੱਖ ਨਹੀਂ ਕੰਮ ਆਉਣਾ ਉਦੋਂ ਜਦੋਂ ਤੇਰੇ ਅੰਦਰੋਂ ਆਉਣਾ, ਜਿਹੜਾ ਜਿਹੜੇ ਥੋਟਸ ਆਉਣੇ ਨੇ ਉਹਨਾਂ ਨੇ ਤੈਨੂੰ ਉੱਥੇ ਕਾਇਮ ਰੱਖਣਾ। ਉੱਥੇ ਪੈਸਾ ਥੋੜਾ ਕੰਮ ਆਉਂਦਾ, ਉਹ ਖਜ਼ਾਨਾ ਜਦੋਂ ਬੰਦਾ ਕਹਿੰਦਾ, ਫਿਰ ਨਹੀਂ ਬੰਦਾ ਕਹਿੰਦਾ ਅਗਲਾ ਹੁਣ ਮੈਂ ਅਮੀਰ ਹਾਂ, ਹੁਣ ਮੇਰੀਆਂ ਜੇਬਾਂ ਨਾ ਵੇਖੋ, ਮੇਰੀ ਮੇਰੀ ਸੋਚ ਵੇਖੋ, ਮੇਰੇ ਫੈਸਲੇ ਵੇਖੋ, ਮੈਂ ਹਰ ਸਿਚੁਏਸ਼ਨ 'ਚ ਖੁਸ਼ ਰਹਿ ਲਿਆ। ਗੁਰੂ ਗੋਬਿੰਦ ਸਿੰਘ ਦੇ ਕੋਲ ਮਾਛੀਵਾੜ ਦੇ ਜੰਗਲ ਵਿੱਚ ਕਿੰਨਾ ਕੁ ਪੈਸਾ ਸੀ? ਹੈ ਸੀ ਕੁਛ? ਫਕੀਰ ਕੱਖ ਨਹੀਂ, ਕੱਪੜੇ ਵੀ ਪਾਟੇ ਹੋਏ, ਕੱਖ ਨਹੀਂ ਉਸ ਦਿਨ ਕੋਲ। ਪਰ ਜੋ ਉਹਨਾਂ ਦੇ ਕੋਲ ਉਸ ਵੇਲੇ ਕੰਡਿਆਂ ਤੇ ਸੌਣ ਦੀ ਹਿੰਮਤ ਜਿਹੜੀ ਅੰਦਰੋਂ ਆ ਰਹੀ ਹੈ, ਉਹ ਖਜ਼ਾਨਾ ਦ੍ਰਿੜਤਾ ਆ ਰਹੀ ਹੈ ਜਿਹੜੀ ਉਸ ਸਿਚੁਏਸ਼ਨ ਵਿੱਚ ਵੀ ਉਹਨਾਂ ਨੂੰ ਸ਼ਾਂਤ ਰੱਖਦੀ ਹੈ, ਉਹ ਹੈ ਖਜ਼ਾਨਾ ਜਿਹੜਾ ਹਰੇਕ ਕੋਲ ਨਹੀਂ ਹੁੰਦਾ। ਵੱਡੇ ਵੱਡੇ ਧਨਵਾਨਾਂ ਕੋਲ ਨਹੀਂ ਹੁੰਦਾ, ਕਾਲੇ ਪੈ ਜਾਂਦੇ, ਭੜਕ ਜਾਂਦੇ ਆ ਯਾਰ। ਲੋਕੀ ਨਿਆਣਿਆਂ ਦੇ ਕਤਲ ਕਰ ਦਿੰਦੇ ਆ, ਘਰ ਵਾਲੀਆਂ ਕਤਲ ਕਰ ਦਿੰਦੇ ਗੁੱਸੇ 'ਚ ਆਏ, ਗੱਡੀਆਂ ਕੰਧਾਂ 'ਚ ਮਾਰ ਦਿੰਦੇ ਆ, ਆਪ ਨਹਿਰਾਂ 'ਚ ਛਾਲ ਮਾਰ ਜਾਂਦੇ ਆ, ਦਵਾਈਆਂ ਪੀ ਜਾਂਦੇ ਆ, ਕਾਬੂ ਨਹੀਂ ਆਪਣੇ ਆਪ ਤੇ। ਕੰਟਰੋਲ ਕਰਨ ਵਾਲਾ ਜਿਹੜਾ ਉਹ ਖਜ਼ਾਨਾ ਹੀ ਨਹੀਂ, ਉੱਧਰੋਂ ਉਹਦਾ ਹੀ ਕੱਖ ਨਹੀਂ, ਦੋਨੇ ਨਹੀਂ। ਲੋੜ ਤਿੱਖੀਆਂ ਨੱਕਾਂ ਦੀ ਨਹੀਂ, ਲੋੜ ਮੋਟੀਆਂ ਅੱਖਾਂ ਦੀ ਨਹੀਂ, ਲੋੜ ਚਿੱਟੀ ਚਮੜੀ ਦੀ ਨਹੀਂ, ਲੋੜ ਜੇਬ 'ਚ ਨਾ ਕੱਖ ਹੋਵੇ, ਅਕਲ ਹੋਵੇ, ਸਮਝ ਹੋਵੇ, ਉਹ ਜ਼ਰੂਰੀ ਹੈ। ਕੋਈ ਹੀਣ ਭਾਵਨਾ ਨਹੀਂ ਆਉਣੀ। ਚਾਰ ਫਤਿਹ ਬੁਲਾਉਣ, ਚਾਲੀ ਬੁਲਾਉਣ, ਚਾਰ ਲੱਖ ਬੁਲਾਉਣ, ਚਾਰ ਕਰੋੜ ਬੁਲਾਉਣ, ਕੋਈ ਫਰਕ ਨਹੀਂ ਪਏਗਾ। ਕੱਲਾ ਹੀ ਆਪਣੇ ਆਪ 'ਚ ਸਰੂਰ 'ਚ ਰਹੇਗਾ ਬੰਦਾ। ਨਸ਼ਾ ਹੈ ਗਿਆਨ ਸਮਝਦਾ, ਨਸ਼ਾ ਹੈ ਬਾਬਾ ਮਨਮਤ ਵਾਲੋ, ਨਾਮ ਰਸ ਪੀਵੇ ਉਹ ਮਨਮਤ ਵਾਲਾ ਹੋਏਗਾ। ਫਿਰ ਉਹ ਖਜ਼ਾਨਾ, ਫਿਰ ਜਿੰਨਾ ਮਰਜ਼ੀ ਖਾਇਓ, ਉਹ ਵੇਖੋ ਜੇ ਵਾਲਾ ਮੁੱਕ ਸਕਦਾ ਹੈ, ਕਦੀ ਤੇ ਮੁੱਕ ਹੀ ਜਾਂਦਾ, ਪਰ ਉਹ ਜਿਹੜਾ ਅਮੁੱਕ ਹੈ, ਖਾਵੇ ਖਰਚੇ ਰਲ ਮਿਲ ਪਾਏ, ਟੋਟ ਨਾ ਆਵੇ। ਆਪਾਂ ਕਿੰਨੀ ਵਾਰੀ ਲਸਾਰਾ ਸੁਣੋ, ਸਭ ਨੂੰ ਯਾਦ ਸ਼ਬਦ ਪੜੋ ਸ਼ੁਰੂ ਤੋਂ। ਹਮ ਧਨਵੰਤ ਭਗਤ ਸਜਣਾਏ, ਸ਼ਬਦ ਲਗਾਇਓ ਨਾ, ਆਪਣੇ ਆਪ ਵੱਲ ਵੇਖ ਲਿਓ ਕਿੰਨੇ ਕੁ ਅਮੀਰ ਹੋ। ਮੈਂ ਆਪਣੇ ਆਪ ਨੂੰ ਵੇਖਣਾ, ਤੁਸੀਂ ਆਪਣੇ ਆਪ ਨੂੰ ਵੇਖਿਓ ਕਿੰਨੇ ਕੁ ਅਮੀਰ ਹੋ। ਆ ਖਜ਼ਾਨਾ ਹੈ, ਦਿਮਾਗ ਹਰੇਕ ਕੋਲ ਹੈ ਕਿ ਨਹੀਂ ਹੈ ਬੋਲੋ, ਵਰਤਣ ਚ ਫਰਕ ਹੈ ਨਾ। ਡਾਕਟਰ ਤੋਂ ਚੈੱਕ ਕਰਾ ਲਓ, ਇੱਕੋ ਜਿੱਡਾ ਹੀ ਦਿਮਾਗ ਹੈ ਸਾਡੇ, ਵਰਤਣ ਚ ਫਰਕ ਹੈ, ਯੂਜ਼ ਨਹੀਂ ਕਰਦੇ। ਖਜ਼ਾਨਾ ਤੇ ਹੈ, ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ। ਭੀਖਾ ਜੀ ਕਹਿੰਦੇ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ, ਪੰਗਾ ਇਹ ਗਠੜੀ ਖੋਲਣਾ ਜਾਣਦਾ ਤਾਂ ਤੇ ਭਇਆ ਕੰਗਾਲ। ਇਹ ਕੰਗਾਲ ਤਾਂ ਇਹਨੂੰ ਗਠੜੀ ਖੁੱਲਣੀ ਨਹੀਂ ਆਉਂਦੀ, ਇਹਨੂੰ ਇਹ ਨਹੀਂ ਪਤਾ ਵੀ ਇਹਨੂੰ ਖੁੱਲੀਦਾ ਕਿੱਦਾਂ, ਇਹਦੇ ਚੋਂ ਕੱਢੀਦਾ ਕਿਵੇਂ ਆ, ਇਹ ਨਹੀਂ ਅਗਲ। ਤੇ ਜੇ ਇਹਨੂੰ ਵਰਤਣਾ ਆ ਜਾਏ ਇਹਨੂੰ, ਤੇ ਇਹ ਤੇ ਬੜਾ ਵੱਡਾ ਖਿਆਲ ਹੈ, ਵਰਤਣਾ ਆ ਜਾਏ। ਆ ਦੁਰਦਸ਼ਾ ਨਾ ਸਾਡੀ ਕੌਮ ਦੀ ਹੁੰਦੀ ਜੇ ਸਾਨੂੰ ਵਰਤਣਾ ਆਉਂਦਾ ਹੁੰਦਾ, ਏਦਾਂ ਹੁੰਦਾ? ਇਹ ਕਿਉਂ ਹੈ ਭਲਾ, ਏਦਾਂ ਧੂਏ ਉੱਡਦੇ ਹੁੰਦੇ ਫਿਰ? ਤੁਸੀਂ ਪੰਜਾਬ ਦੇ ਦਿਓ 5 ਸਾਲ ਲਈ ਗੋਰਿਆਂ ਨੂੰ, ਇਹਦਾ ਹੱਲ ਕੀਤਾ ਵੇਖਿਓ ਤੁਸੀਂ। ਸਰਕਾਰਾਂ ਉਹਨਾਂ ਦੀ ਨਾ ਵੀ ਹੈਲਪ ਕਰਨਗੀਆਂ, ਐਸੀਆਂ ਚੀਜ਼ਾਂ ਬਣਾ ਦੇਣਗੇ ਇੱਥੇ ਬੈਠੇ, ਏਦਾਂ ਦੇ ਸੰਦ ਬਣਾ ਦੇਣੇ ਨੇ ਉਹਨਾਂ ਨੇ, ਇਹੋ ਜਿਹੇ ਟਰੈਕਟਰ ਘੜ ਦੇਣਗੇ। ਦਿਮਾਗ ਉਹਨਾਂ ਦਾ ਜ਼ੋਰ ਇਹਦੇ ਤੇ ਲੱਗਦਾ, ਸਾਡਾ ਘਰ ਤੇ ਲੋਕਾਂ ਦੇ ਘਰਾਂ 'ਚ ਝਾਤੀਆਂ ਮਾਰਨ ਦੀ ਉਮਰ ਲੰਘ ਗਈ ਸਾਡੀ, ਫਲਾਣੇ ਦਾ ਮੁੰਡਾ ਕਿਵੇਂ ਹੈ, ਫਲਾਣੇ ਦੀ ਕੁੜੀ ਕਿਵੇਂ ਹੈ, ਫਲਾਣੇ ਦੀ ਘਰ ਵਾਲੀ ਕਿਵੇਂ ਹੈ, ਫਲਾਣਾ ਮਰ ਜੋ ਚੁਗਲੀਆਂ ਦੀ ਲੰਘ ਜਾਂਦਾ ਸਾਰਾ ਟਾਈਮ, ਲੋਕਾਂ ਦੇ ਘਰਾਂ 'ਚ ਝਾਤੀਆਂ ਮਾਰੀ ਜਾਂਦੇ ਅਗਲੇ
ਮਸਤ ਹੁੰਦੇ ਨੇ ਆਪਣੀ ਲਾਈਫ ਵਿੱਚ, ਜਿੰਨਾ ਟਾਈਮ ਲਾਉਣਾ, ਜਿੰਨਾ ਦਿਮਾਗ ਲਾਉਣਾ, ਕੁਝ ਕਰਨ ਤੇ ਲਾਉਣਾ, ਕੁਝ ਘੜਨ ਤੇ ਲਾਉਣਾ, ਕੁਝ ਬਣਾਉਣ ਤੇ ਲਾਉਣਾ ਹੁੰਦਾ ਹੈ। ਸਾਡੇ ਜੇ ਕਿੱਥੇ ਅਗਲਾ ਐ ਐ ਬੈਠਾ ਹੁੰਦਾ, ਕਿਵੇਂ ਹੋਊ ਗੱਲ, ਕਿਵੇਂ ਕਰਾਂਗੇ, ਕੀ ਬਣੂ, ਕਿਵੇਂ ਬਣਾਵਾਂਗੇ, ਤੇ ਕਮਾਲ ਮੰਨ ਜਾਂਦੇ ਆ ਉਹਨਾਂ ਦੇ ਟਰੈਕਟਰ ਵੇਖ ਕੇ, ਉਹਨਾਂ ਦੀਆਂ ਤਵੀਆਂ ਵੇਖ ਕੇ। ਆ ਸਾਡੇ ਤੇ ਪਾਣੀ ਐ ਛੱਡਿਆ ਹੁੰਦਾ, ਅਗਲੇ ਡ੍ਰਿਪ ਡ੍ਰਿਪ ਇੱਕ ਇੱਕ ਡ੍ਰਿਪ ਪੈਂਦਾ, ਇੱਕ ਇੱਕ ਜਿਵੇਂ ਬੋਤਲ ਨਹੀਂ ਲਵਾਉਂਦੇ ਆਪਾਂ ਕਈ ਵਾਰੀ, ਇੱਕ ਇੱਕ ਬੂੰਦ ਜੀ ਨਹੀਂ ਅੰਦਰ ਜਾਂਦੀ, ਐ ਦਰਖਤਾਂ ਨੂੰ ਪਾਣੀ ਪਾਉਂਦੇ ਨੇ, ਹਿਸਾਬ ਲਾਓ ਕਿੰਨਾ ਕੁ ਬੈਜੂ ਫਿਰ। ਸਾਡੇ ਤੇ ਹਿਸਾਬ ਜੀ ਨਹੀਂ ਆਉਣਾ, ਉਹੀ ਖੇਤੀਆਂ ਫਲ ਚੁੱਗਣੇ ਲੱਗਦੇ ਆ ਸਾਡੇ ਨਾਲ, ਹਰੇਕ ਚੀਜ਼ ਚਾਰ ਚਾਰ ਫਸਲਾਂ ਵੀ ਲੈ ਲੈਣਗੇ, ਜੇ ਕਿਤੇ ਉਹਨਾਂ ਨੂੰ ਐ ਐ ਐ ਦੇ ਦਿਓ ਨਾ ਵੀ ਪੰਜ ਸਾਲ ਲਈ ਕਰਕੇ ਵਿਖਾਓ। ਨਜ਼ਰੀਏ ਦਾ ਫਰਕ ਹੈ, ਸਾਡਾ ਦਿਮਾਗ ਦਿਨ ਰਾਤ ਹੋਰ ਹੀ ਕੰਮਾਂ ਵਿੱਚ ਲੱਗਿਆ ਰਹਿੰਦਾ। ਸੈਲਫੀ ਕਰ ਲਈਏ, ਕਿਹਨੂੰ ਭੇਜਣੀ ਹੈ, ਕਿੱਥੇ ਭੇਜਣੀ ਹੈ, ਬਸ ਇਹੀ ਕਰੀ ਚੱਲੋ ਸਾਰਾ ਦਿਨ। ਸੱਚੀ ਗੱਲ ਹੈ, ਜਾਂ ਟਿਕਟੋਕ ਬਣਾ ਲਓ, ਨਵਾਂ ਆ ਗਿਆ ਕੰਮ। ਪਰ ਇੱਕ ਗੱਲ ਹੋਰ ਕਰਾਂ, ਟਿਕਟੋਕ ਨੂੰ ਵੇਖ ਕੇ ਐਂ ਲੱਗਦਾ ਵੀ ਲੋਕਾਂ ਅੰਦਰ ਕਿੰਨਾ ਕੁਝ ਦਬਿਆ ਹੀ ਪਿਆ। ਜੇ ਮੰਨ ਲਓ ਵੀ ਬੁੱਢਿਆਂ ਨੂੰ ਵੇਖੀਦਾ, ਬਾਈਆਂ ਨੂੰ ਵੇਖੀਦਾ, ਐਂ ਲੱਗਦਾ ਵੀ ਕਿੰਨੀਆਂ ਰੀਝਾਂ ਅਧੂਰੀਆਂ ਹੀ ਰਹਿ ਗਈਆਂ ਇਹਨਾਂ ਦੀਆਂ, ਵੀ ਜੀ ਕਰਦਾ ਹੋਣਾ ਇਹਨਾਂ ਦਾ ਉਦੋਂ ਕਰ ਨਹੀਂ ਸਕੇ, ਜਦੋਂ ਐਂ ਕਈ ਕੁਛ ਕਰ ਕਰਕੇ ਅਗਲਾ ਪਾਉਂਦਾ ਹੈ ਨਾ, ਵੀ ਕਿੱਦਾਂ ਲੱਗਦਾ ਵੇਖ ਵੇਖ ਦਬਿਆ ਪਿਆ ਅੰਦਰ। ਬਾਹਰਲਿਆਂ ਦੇਸ਼ਾਂ ਚ ਖੁੱਲ ਹੈ ਬੜੀ, ਤੇ ਫਿਰ ਜ਼ਰੂਰੀ ਨਹੀਂ ਹੁੰਦਾ ਕਿ ਖੁੱਲਣ ਨਾਲ ਸਮਾਜ ਵਿਗੜ ਜਾਂਦਾ, ਇਹ ਭੁਲੇਖਾ ਹੈ।